ਮਨ ਤੀਐ ਸੁਣ ਸਬਦ ਵਿਚਾਰਾ ਮਨ ਤੀਐ ਸੁਣ ਸਬਦ ਵਿਚਾਰਾ ਜਿਉਂ ਜਿਮ ਵਰਸੈ ਉਹ ਰਤਤਾ ਮਨ ਤੀਐ ਸੁਣ ਸਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਸਹਜੇ ਸਹਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਆ ਅੱਜ ਆਪਾਂ ਪਹੁੰਚੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 403 ਦੇ ਉਪਰ ਅੰਕਿਤ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਬਦ ਚੱਲ ਰਹੇ ਹਨ ਆਓ ਕਰੀਏ ਦੀਦਾਰ ਜੀ ਆਸਾ ਮਹੱਲਾ 5 ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ 127ਵਾਂ ਸ਼ਬਦ ਨਮਕ ਕਾਮ ਸਵਾਦ ਕਾਰਣ ਕੋਟ ਦਿਨਸ ਦੁਖ ਪਾਵਮ ਹੈ ਉਹਨਾਂ ਜ਼ਮਾਨਿਆਂ ਦੇ ਵਿੱਚ ਬੇਸਵਾਮਾਂ ਦੇ ਕੋਠੇ ਹੁੰਦੇ ਸੀ ਜਿਹੜਾ ਮਨੁੱਖ ਸੰਗ ਵਿੱਚ ਜਾਂਦਾ ਹੈ ਉਹ ਪਹਿਲਾਂ ਤਾਂ ਛੋਟੇ-ਛੋਟੇ ਰਸਾਂ ਵਿੱਚ ਘਿਰਦਾ ਹੈ ਨਿੰਦਾ ਦਾ ਰਸ ਝਗਲੀਆਂ ਦਾ ਰਸ ਚਾਪਲੂਸੀਆਂ ਦਾ ਰਸ ਚੁਸਤ ਚਲਾਕੀਆਂ ਦਾ ਰਸ ਹੌਲੀ-ਹੌਲੀ ਇਹ ਰਸ ਵੱਧਦਾ ਹੈ ਉਹਦੇ ਅੰਦਰ ਲੋਭ ਪੈਦਾ ਹੁੰਦਾ ਹੈ ਫਿਰ ਉਹ ਲੋਭ ਦੇ ਕਾਰਨ ਪ੍ਰਾਪਤੀਆਂ ਕਰਦਾ ਹੈ ਪੈਸਾ ਪ੍ਰੋਪਰਟੀ ਜਦੋਂ ਪ੍ਰਾਪਤੀਆਂ ਹੋ ਜਾਂਦੀਆਂ ਨੇ ਫਿਰ ਹੋਰਾਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਹੈ ਹੰਕਾਰ ਵਿਖਾਵਾ ਫਿਰ ਇਹਦੇ ਨਾਲ ਹੌਲੀ-ਹੌਲੀ ਉਹ ਨਸ਼ਿਆਂ ਵੱਲ ਖਿੱਚਿਆ ਜਾਂਦਾ ਹੈ ਤੇ ਇਹਦੀ ਸ਼ਿਖਰ ਹੈ ਫਿਰ ਬੇਸਵਾਮਾਂ ਦੇ ਕੋਠਿਆਂ ਵਿੱਚ ਜਾਣਾ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਇਹ ਗਿਆਨ ਤੋਂ ਅੰधे ਮਨੁੱਖ ਤੂੰ ਰੱਬੀ ਰਸ ਨੂੰ ਜਾਣ ਹੀ ਨਹੀਂ ਸਕਿਆ ਜਿਹੜੇ ਰਸਾਂ ਵਿੱਚ ਉਲਝ ਕੇ ਤੂੰ ਰਸ ਦੀ ਸ਼ਿਖਰ ਤੇ ਪਹੁੰਚਿਆ ਹੋਇਆ ਹੈ ਨਾ ਨਿੰਮਕ ਕਾਮ ਸਵਾਦ ਕਾਰਣ ਕੋਟ ਦਿਨ ਸੁ ਦੁੱਖ ਪਾਵਹਿ ਤਿਆਰਿਆ ਆ ਜਿਹੜਾ ਤੂੰ ਨਿੰਮਕ ਮਾਤਰ ਕਾਮ ਰਸ ਦਾ ਸਵਾਦ ਮਾਨਣ ਵਾਸਤੇ ਵੇ ਸਵਾਮਨ ਦੇ ਕੋਠੇ ਤੇ ਜਾਣਾ ਏਸ ਸਵਾਦ ਕਾਰਣ ਕਰੋੜਾਂ ਦਿਨ ਤੂੰ ਇਸ ਗੱਲ ਦਾ ਦੁੱਖ ਪਾਉਣਾ ਕਿ ਤੂੰ ਦੁਨੀਆ ਦੇ ਸਾਹਮਣੇ ਇੱਕ ਬੇਵਿਚਾਰੀ ਬਣ ਗਿਆ ਹੈ ਦੁਨੀਆ ਤੈਨੂੰ ਬੁਰਾ ਸਮਝ ਰਹੀ ਹੈ ਤੂੰ ਆਪਣਾ ਪ੍ਰਭਾਵ ਬਿਲਕੁਲ ਖਤਮ ਕਰੀ ਬੈਠਾ ਪਿਆ ਰਿਆ ਘਰੀ ਮਹਤ ਰੰਗ ਮਾਣਹਿ ਫਿਰ ਬਹੁਰ ਬਹੁਰ ਪਛਤਾਵਹਿ ਥੋੜਾ ਕਿਚਿਰ ਘੜੀ ਕਮਾਤਰ ਤੂੰ ਉਥੇ ਰਸ ਸਵਾਦ ਮਾਣਦਾ ਹੈ ਇਮਰਕੇ ਤੇਰੀ ਜ਼ਿੰਦਗੀ ਵਿੱਚ ਪਛਤਾਵਾ ਹੈ ਚਾਰ ਬੰਦਿਆਂ ਵਿੱਚ ਖੜ ਕੇ ਤੂੰ ਚੰਗੀ ਗੱਲ ਨਹੀਂ ਕਰ ਸਕਦਾ ਕਿਉਂਕਿ ਹਰ ਇੱਕ ਨੇ ਕਹਿਣਾ ਉਹ ਭਲਿਆ ਮਾਨਸਾ ਤੂੰ ਐਉਂ ਜੀਆਂ ਗੱਲਾਂ ਕਰਦਾ ਤੂੰ ਤਾਂ ਖੁਦ ਬੇਸਵਾਮਾਂ ਦੇ ਕੋਠੇ ਤੇ ਜਾਣਾ ਅੰਧੇ ਚੇਤ ਹਰ ਹਰ ਰਾਇਆ ਐ ਗਿਆਨ ਤੋਂ ਸਖਣੇ ਸੋਜੀ ਤੋਂ ਸਖਣੇ ਅੰਧੇ ਮਨੁਕ ਉਸ ਵਾਹਿਗੁਰੂ ਜੀ ਨੂੰ ਉਸ ਪ੍ਰਭੂ ਨੂੰ ਹਰੀ ਨੂੰ ਹਰ ਵੇਲੇ ਆਪਣੀ ਚੇਤਾ ਸ਼ਕਤੀ ਵਿੱਚ ਵਸਾ ਹਰ ਰਾਯਾ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹਦੀ ਭੈ ਭਾਵਨੀ ਵਿੱਚ ਜਿਉਣਾ ਸਿੱਖ ਤੇਰਾ ਸੋ ਦਿਨ ਨੇੜਾ ਆਇਆ ਰਹਾ ਹੋ ਸੋਚ ਇਹ ਜ਼ਿੰਦਗੀ ਕੋਈ ਸਦੀਵੀ ਨਹੀਂ ਇੱਕ ਦਿਨ ਮੌਤ ਆਉਣੀ ਹੈ ਤੂੰ ਉਸ ਨੂੰ ਭਲਾਈ ਬੈਠਾ ਹੈ ਮੌਤ ਨੂੰ ਭੁੱਲਣ ਕਰਕੇ ਜ਼ਿੰਦਗੀ ਦੀ ਕੀਮਤ ਨਹੀਂ ਸਮਝ ਰਿਆ ਜ਼ਿੰਦਗੀ ਇੰਨੀ ਕੀਮਤੀ ਹੈ ਇਹ ਪ੍ਰੈਸ਼ੀਅਸ ਟ੍ਰੈਜ਼ਰ ਹੈ ਵਾਹਿਗੁਰੂ ਜੀ ਵੱਲੋਂ ਦਿੱਤਾ ਹੋਇਆ ਅਨਮੋਲ ਤੋਹਫਾ ਇਸ ਨੂੰ ਹਰੀ ਦਾ ਰਸ ਮਾਨਣ ਦੀ ਬਜਾਏ ਛੋਟੇ ਛੋਟੇ ਫਿੱਕੇ ਰਸਾਂ ਦੇ ਵਿੱਚ ਤੂੰ ਬਰਬਾਦ ਕਰ ਰਿਹਾ ਇਸ ਨੂੰ ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂੰ ਮਰ ਜਿਵੇਂ ਕੋਈ ਮਨੁੱਖ ਅੱਕ ਨਿੰਮ ਤੁਮਾ ਇਹ ਤਿੰਨ ਬਰਖਸ਼ ਜਿਹੜੇ ਨੇ ਇਹਨਾਂ ਦੇ ਫਲ ਕੌੜੇ ਨੇ ਅੱਕ ਦੇ ਤੁੱਕੇ ਕੌੜੇ ਨੇ ਨਿੰਮ ਦੀਆਂ ਨਮੋਲੀਆਂ ਕੌੜੀਆਂ ਨੇ ਤੇ ਤੁਮੇ ਦਾ ਫਲ ਤੁਮਾ ਜਾਂ ਤੁਮੀ ਕੌੜੇ ਨੇ ਤੇ ਦੇਖਣ ਨੂੰ ਬੜੇ ਸੋਹਣੇ ਲੱਗਦੇ ਨੇ ਉਹ ਸੋਹਣੇ ਸਮਝ ਕੇ ਇੱਕ ਪਲ ਦੇ ਭਲੇਖੇ ਵਿੱਚ ਬੰਦਾ ਜੇ ਉਸ ਨੂੰ ਖਾ ਲਵੇ ਤਾਂ ਉਕੜਤਣ ਇਸੇ ਤਰ੍ਹਾਂ ਉਹ ਜੋ ਬੁਰੀਆਂ ਆਦਤਾਂ ਨੇ ਉਹ ਇੱਕ ਪਲ ਦੇ ਭਰਮ ਦੇ ਵਿੱਚ ਉਸ ਵਿੱਚ ਫਸ ਕੇ ਪਿਆਰਿਆ ਤੂੰ ਆਪਣੇ ਜੀਵਨ ਵਿੱਚ ਰੱਬ ਦੇ ਰਸ ਨੂੰ ਗੁਰੂ ਦੇ ਪ੍ਰੇਮ ਨੂੰ ਰੱਬ ਦੇ ਬਖਸ਼ਿਸ਼ਾਂ ਦੇ ਪੱਖ ਨੂੰ ਭੁਲਾਈ ਬੈਠਾ ਹੈ ਜੈ ਸਾ ਸੰਗ ਬੇਸੀਰ ਸਿਉ ਹੈ ਰੇ ਤੈਸੋ ਹੀ ਇਹ ਪਰਗ੍ਰਹ ਇਹ ਜਿਹੜਾ ਤੂੰ ਬੇਸਵਾਮਾਂ ਦੇ ਕੋਠੇ ਤੇ ਜਾ ਕੇ ਕਿਸੇ ਦੇ ਸਰੀਰ ਨੂੰ ਔਰਤ ਦੇ ਰਸ ਨੂੰ ਮਾਨਣ ਵਾਸਤੇ ਜਾਣ ਹੈ ਇਹ ਇਦਾਂ ਹੈ ਜਿਵੇਂ ਕਿਸੇ ਸੱਪ ਦਾ ਸੰਗ ਕਰ ਰਿਹਾ ਤੂੰ ਤੂੰ ਜ਼ਹਿਰ ਆਪਣੇ ਅੰਦਰ ਭਰ ਰਿਹਾ ਹੈ ਬੈਰੀ ਕਾਰਣ ਪਾਪ ਕਰਤਾ ਵਸ ਰਹੀ ਆਮਾਨਾ ਉਹ ਤੇਰੇ ਬੈਰੀ ਨੇ ਬੇਕਾਰ ਉਹਨਾਂ ਦੇ ਕਰਕੇ ਤੂੰ ਪਾਪ ਕਰਦਾ ਹੈ ਕਿਸੇ ਦਾ ਭਲਾ ਕਰਨ ਦੀ ਬਜਾਏ ਕਿਸੇ ਨੂੰ ਖੁਸ਼ੀ ਵੰਡਣ ਦੀ ਬਜਾਏ ਕਿਸੇ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦੀ بجائے ਕਿਸੇ ਦੇ ਪਰਿਵਾਰ ਵਿੱਚ ਏਕਤਾ ਇਤفاق ਲਿਆਉਣ ਦੀ بجائے ਕਿਸੇ ਦੇ ਬੱਚਿਆਂ ਨੂੰ ਆਗਿਆਕਾਰੀ ਬਣਾਉਣ ਦੀ بجائے ਤੂੰ ਪਾਪਾਂ ਵਿੱਚ ਉਲਝ ਰਿਹਾ ਹੈ ਜਿਹੜੀ ਵਸਤੂ ਤੇਰੇ ਨਾਲ ਨਿਭਣ ਵਾਲੀ ਨਹੀਂ ਆਮਾਨਾ ਬੇਗਾਨੀ ਹੈ ਉਹਨੂੰ ਆਪਣੀ ਸਮਝ ਕੇ ਉਸ ਰਸ ਨੂੰ ਤੂੰ ਇਸ ਦਿਸ਼ਾ ਵਿੱਚ ਤੁਰ ਪਿਆ ਛੋੜ ਜਾਹੇ ਤਨਹੀ ਸਿਉ ਸੰਗੀ ਸਾਜਨ ਸਿੰ੍ਹ ਬਹਿਰਾਨਾ ਜਿਹੜੇ ਰਸ ਨੇ ਤੈਨੂੰ ਛੱਡ ਜਾਣਾ ਇਹ ਰਸ ਸਦੀਵੀ ਨਹੀਂ ਮਾਨ ਸਕਦਾ ਬਡੇਪੇ ਵਿੱਚ ਨਹੀਂ ਮਾਨ ਸਕੇਗਾ ਇਹਨਾਂ ਰਸਾਂ ਨੇ ਦੁੱਖਾਂ ਦੇ ਵਿੱਚ ਨਿਭਣਾ ਨਹੀਂ ਬਿਗਨ ਰਕਾਬਟਾਂ ਵਿੱਚ ਨਿਭਣਾ ਨਹੀਂ ਉਹਨਾਂ ਨੂੰ ਸੱਜਣ ਮਿੱਤਰ ਬਣਾਈ ਬੈਠਾ ਉਹਨਾਂ ਰਸਾਂ ਨੇ ਤੇ ਜਿਸ ਨੇ ਤੈਨੂੰ ਨਾਲ ਨੇ ਬਣਾਇ ਜਿਸ ਰਸ ਨੇ ਜਿਸ ਪ੍ਰੀਤ ਨੇ ਇਸ ਬਖਸ਼ਿਸ਼ ਨੇ ਉਹਨੂੰ ਬੇਗਾਨਾ ਸਮਝੀ ਬੈਠਾ ਤੇ ਜੋ ਬੇਗਾਨੇ ਰਸ ਨੇ ਉਹਨੂੰ ਆਪਣੇ ਸੱਜਣ ਮਿੱਤਰ ਸਮਝੀ ਬੈਠਾ ਸਗਲ ਸੰਸਾਰ ਇਹ ਵਿਦ ਵਿਆਪਿਓ ਸੋ ਉਬਰਿਓ ਜਿਸ ਗੁਰਪੂਰਾ ਸਾਰਾ ਸੰਸਾਰ ਇੱਥੇ ਭਲੇਖੇ ਵਿੱਚ ਹੈ ਜਿਹੜੇ ਰਸਾਂ ਨੇ ਦੁੱਖਾਂ ਸੁੱਖਾਂ ਵਿੱਚ ਨਾਲ ਨਿਭਣਾ ਉਸ ਰਸ ਵਾਸਤੇ ਯਤਨ ਨਹੀਂ ਜਿਹੜੇ ਰਸ ਜ਼ਿੰਦਗੀ ਵਿੱਚ ਸਟ੍ਰੈਸ ਪੈਦਾ ਕਰਦੇ ਨੇ ਜ਼ਿੰਦਗੀ ਨੂੰ ਦੁੱਖਾਂ ਵੱਲ ਜਾਂਦੇ ਨੇ ਉਹਨਾਂ ਰਸਾਂ ਵਿੱਚ ਗਵਾਤਿਆ ਹੋਇਆ ਬਚਿਆ ਕੌਣ ਸੋ ਉਬਰੇ ਉਹ ਜਿਸ ਗੁਰ ਪੂਰਾ ਗੁਰ ਪੂਰਾ ਗੁਰਬਾਣੀ ਦੇ ਅੰਦਰ ਜੋ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਗੁਰੂ ਪਿਤਾ ਜੀ ਦਾ ਗੁਰ ਸਰੂਪ ਹੈ ਗੁਰ ਸਰੂਪ ਦਾ ਮਿਲਾਪ ਹੋਣ ਦੇ ਅਰਥ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਚੰਗੀਆਂ ਲਗਣੀਆਂ ਤੇ ਜ਼ਿੰਦਗੀ ਚ ਜਿਉਣੀਆਂ ਜਿਹੜਾ ਇਸ ਨੂੰ ਮੰਨਦਾ ਏ ਉਹ ਬਚ ਗਿਆ ਖ ਵਾਹਿਗੁਰੂ ਉਬਰਿਓ ਕਹੋ ਨਾਨਕ ਭਵ ਸਾਗਰ ਤਰਿਓ ਭਏ ਪੁਨੀਤ ਸਰੀਰਾ ਨਾਨਕ ਜੀ ਆਖਦੇ ਨੇ ਭਵ ਸਾਗਰ ਭਾਵਨਾਵਾਂ ਦੀਆਂ ਲਹਿਰਾਂ ਅੰਦਰ ਵਿਚਾਰਾਂ ਸੋਚਾਂ ਦੀਆਂ ਲਹਿਰਾਂ ਦਾ ਐਸਾ ਸਮੁੰਦਰ ਹੈ ਇਸ ਵਿੱਚ ਮਨੁੱਖ ਡੁੱਬਦਾ ਹੈ ਤੇ ਜਿਹੜੇ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਮੰਨਦੇ ਨੇ ਉਹ ਬਚ ਜਾਂਦੇ ਨੇ ਮੈਨਜ਼ ਕਰਦੇ ਨੇ ਆਪਣੀਆਂ ਭਾਵਨਾਵਾਂ ਨੂੰ ਆਪਣੇ ਜਜ਼ਬਾਤਾਂ ਨੂੰ ਉਹ ਪਵਿੱਤਰ ਸੋਚ ਹੁੰਦੀ ਹੈ ਉਹਨਾਂ ਦੇ ਅੰਦਰ ਸ਼ੁੱਧ ਸੋਚ ਸ਼ੁੱਧ ਨੀਅਤ ਸ਼ੁੱਧ ਜਜ਼ਬਾ ਉਹਨਾਂ ਦਾ ਸਰੀਰ ਅੰਦਰੋਂ ਸ਼ੁੱਧ ਸੋਚ ਤੇ ਸ਼ੁੱਧ ਜਜ਼ਬੇ ਵਿੱਚ ਪਰਪਕਾਰੀ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਰਸ ਸਵਾਦ ਸਵਾਰਥ ਇਹ ਉਹਨਾਂ ਦਾ ਮਿਸ਼ਨ ਨਹੀਂ ਹੁੰਦਾ ਉਹਨਾਂ ਦਾ ਮਿਸ਼ਨ ਭਲਾ ਕਰਨਾ ਹੁੰਦਾ ਹੈ ਆਸਾ ਮਹੱਲਾ ਪੰਜਵਾਂ ਦੋ ਪਦੇ ਆਸਾ ਰਗ ਦੇ ਵਿੱਚ ਗੁਰਾਜਨ ਦੇ ਪਾਤਸ਼ਾਹ ਦਾ ਸ਼ਬਦ ਇਹਨਾਂ ਦੋ ਦੋ ਪਦਿਆਂ ਦੇ ਸ਼ਬਦ ਨੇ ਇਹ 128ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ ਲੋਕ ਕਮਾ ਨੂੰ ਸੋਈ ਤਮ ਪੇਖਿਓ ਮੂੜ ਮੁਗਦ ਮੁਕਰਾਨੀ ਜਿਹੜਾ ਤੂੰ ਪਾਪ ਲੁਕ ਕੇ ਕਰਦਾ ਹੈ ਰੱਬ ਤੈਨੂੰ ਦੇਖ ਰਿਹਾ ਤੂੰ ਮੂਰਖ ਹੈ ਨਹੀਂ ਜਾਣ ਹੈ ਤੂੰ ਗਿਆਨ ਤੋਂ ਸਖਣਾ ਅੰਦਰੋਂ ਅੰਦਾ ਹੈ ਕੋੜ ਕੋਰ ਮੂਰਖ ਹੈ ਮੂੜ ਮੁਗਧ ਮੁਕਰ ਜਾਂਦਾ ਹੈ ਤੂੰ ਜਿਹੜੇ ਕੰਮਾਂ ਤੋਂ ਗੁਰਬਾਣੀ ਨੇ ਰੋਕਿਆ ਤੂੰ ਕਰਦਾ ਹੈ ਨਿੰਦਾ ਤੋਂ ਰੋਕਿਆ ਤੂੰ ਨਿੰਦਾ ਕਰਦਾ ਸਵਾਰਥ ਚਾਪਲੂਸੀਆਂ ਚਸ ਚਲਾਕੀਆਂ ਇਹ ਤੋਂ ਰੋਕਿਆ ਤੂੰ ਕਰ ਰਿਹਾ ਲੋਕ ਲਾਜ ਤੋਂ ਰੋਕਿਆ ਗਿਆ ਤੈਨੂੰ ਤੂੰ ਕਰ ਰਿਹਾ ਹੈ ਹੰਕਾਰ ਵਿਖਾਵੇ ਤੋ ਰੋਕਿਆ ਗਿਆ ਤੂ ਕਰ ਰਹੇ ਆ ਰੱਬ ਦੇਖ ਰਿਹਾ ਤੂ ਮੁਕਰੀ ਜਾ ਰਹੇ ਮੁਕਰਾਨੀ ਆਪ ਕਮਾਣੇ ਕੌਲੇ ਬਾਂਧੇ ਫਿਰ ਪਾਛੇ ਪਛਤਾਣੀ ਜਿਹੜੇ ਜਿਹੜੇ ਕੰਮਾਂ ਤੋਂ ਗੁਰੂ ਪਾਤਸ਼ਾਹ ਨੇ ਰੋਕਿਆ ਚਾਹੇ ਨਿੰਦਾ ਚੁਗਲੀ ਹੈ ਚਾਹੇ ਹੰਕਾਰ ਵਿਖਾਵਾ ਹੈ ਚਾਹੇ ਸਵਾਰਥੀ ਹੋਣਾ ਲੋਭੀ ਹੋਣਾ ਹੈ ਚਾਹੇ ਚੁਸ ਤਿਲਾਕੀਆਂ ਨੇ ਮਾਨਦੀਆਂ ਚੰਚਲਤਾਈਆਂ ਨੇ ਜਿਨ੍ਹਾਂ ਜਿਨ੍ਹਾਂ ਤੋਂ ਰੋਕਿਆ ਗਿਆ ਉਹ ਕਰਮ ਕਰਦਾ ਹੈ ਤੇ ਤੇਰੀਆਂ ਆਦਤਾਂ ਪਕਦੀਆਂ ਨੇ ਤੇਰਾ ਸੁਭਾਅ ਬਣ ਜਾਂਦਾ ਇਹ ਤੇਰੀ ਕਮਾਈ ਹੈ ਇਹਦੇ ਵਿੱਚ ਤੂੰ ਬੰਨਿਆ ਗਿਆ ਆਦਤਾਂ ਦੀ ਫਾਂਸੀ ਵਿੱਚ ਬੰਨਿਆ ਗਿਆ ਅਖੀਰ ਇਹਨਾਂ ਵਿੱਚੋਂ ਪਛਤਾਵੇ ਪੱਲੇ ਪੈਂਦੇ ਨੇ ਪ੍ਰਭ ਮੇਰੇ ਵਾਹਿਗੁਰੂ ਪ੍ਰਭ ਮੇਰੇ ਸਭ ਵਿਧ ਆਗੇ ਜਾਣੀ ਮੇਰੇ ਪ੍ਰਭ ਨੇ ਸਾਰੀਆਂ ਵਿਧੀਆਂ ਬਣਾਈਆਂ ਹੋਈਆਂ ਨੇ ਉਹ ਜਾਣਦਾ ਹੈ ਤੇਰੇ ਅੰਦਰਲੀ ਭਾਵਨਾ ਦੇ ਅੱਗੇ ਕਿਉਂ ਜਾ ਫਿਊਚਰ ਨਿਕਲਣਾ ਉਨ ਪਤਾ ਹੈ ਤੂੰ ਸਮਝ ਉਸ ਨਾਲ ਸਾਂਝ ਪਾ ਵਾਹਿਗੁਰੂ ਜੀ ਨਾਲ ਉਹਨੇ ਇੱਕ ਤਾਂ ਇੱਕ ਨਿਜ਼ਮ ਬਣਾ ਦਿੱਤਾ ਹੈ ਜੇ ਤੇਰੇ ਅੰਦਰ ਹੰਕਾਰ ਵਿਖਾਵੇ ਦੀ ਭਾਵਨਾ ਹੋਏਗੀ ਤੂੰ ਉਲਝੇਗਾ ਤੇਰੇ ਅੰਦਰ ਚਸ ਚਲਾਕੀਆਂ ਸਵਾਰਥ ਨਿੰਦਾ ਚੁਗਲੀ ਦਾ ਰਸ ਹੋਏਗਾ ਤੂੰ ਉਲਝੇਗਾ ਅੱਗੇ ਜਾ ਕੇ ਦੁਖਾਂ ਦੇ ਬੀਜ ਤੇਰੇ ਅੰਦਰ ਬੀਜੇ ਜਾਣੇ ਨੇ ਤੇ ਫੁਕਤੇਗਾ ਜਾਨਸ ਮੇਰੇ ਪ੍ਰਭੂ ਨੂੰ ਭਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ਰਹਾਓ ਭਰਮ ਦਾ ਠੱਗਿਆ ਹੋਇਆ ਮਨੁੱਖ ਗੁਰਬਾਣੀ ਦੇ ਉਲਟ ਜਿੰਨੇ ਕਰਮ ਕਰਦਾ ਏ ਉਸ ਵਿੱਚ ਇੱਕ ਪਰਦਾ ਬਣਾਉਂਦਾ ਏ ਲਕੋਕੇ ਕਰਦਾ ਏ ਨੋਟ ਕਰਿਓ ਨਿੰਦਾ ਹਮੇਸ਼ਾ ਪੜਦੇ ਵਿੱਚ ਕੀਤੀ ਜਾਂਦੀ ਹੈ ਪਿੱਠ ਪਿੱਛੇ ਕੀਤੀ ਜਾਂਦੀ ਹੈ ਭਰਮ ਭਲੇਖਾ ਹਰ ਨਿੰਦਾ ਘੁਮ ਘੁਮਾ ਕੇ ਪਹੁੰਚ ਜਾਂਦੀ ਹੈ ਖੁਵੈਗਰੂ ਜਦੋਂ ਮਨੁੱਖ ਆਪਣਾ ਸਵਾਰਥ ਪੂਰਾ ਕਰਕੇ ਚਾਪਲੂਸੀਆਂ ਕਰਦਾ ਨਾ ਉਹ ਆਪਣਾ ਸਵਾਰਥ ਛਪਾਉਂਦਾ ਹੈ ਲੁੱਕ ਕੇ ਕਰਦਾ ਹੈ ਜਦੋਂ ਲੋਕ ਲਾਜ ਹੈ ਲੋਕਾਂ ਨੂੰ ਖੁਸ਼ ਕਰਨਾ ਹੈ ਤੇ ਉਹਦੇ ਤੇ ਪੜਦਾ ਕੀ ਪਾ ਲਿਆ ਦੇਖਣ ਨੂੰ ਲੱਗਦਾ ਹੈ ਕਿ ਸਮਾਗਮ ਕਰ ਰਿਹਾ ਹੈ ਦੇਖਣ ਨੂੰ ਲੱਗਦਾ ਹੈ ਕਿ ਇਹ ਧਾਰਮਿਕ ਕਰਮ ਕਰ ਰਿਹਾ ਪਰ ਲੋਕਾਂ ਨੂੰ ਖੁਸ਼ ਕਰ ਰਿਹਾ ਅੰਦਰ ਚਪਾਈ ਬੈਠਾ ਉਹ ਭਾਵਨਾ ਇਹ ਹੈ ਕਿ ਜੀ ਕੀ ਮੰਨੀ ਜੀ ਕੀ ਮੰਨੀ ਹੁੰਦਾ ਮਨ ਦੀ ਮਰਜ਼ੀ ਤੇ ਮਨ ਦੀਆਂ ਮਰਜ਼ੀਆਂ ਨੇ ਪਿਆਰਿਆ ਤੇਰੀਆਂ ਰਹਾਉ ਸੈਂਟਰਲ ਆਈਡੀਆ ਹੈ ਤਤਸਾਰ ਹੈ ਸ਼ਬਦ ਦਾ ਜਿੱਤ ਜਿੱਤ ਲਾਏ ਤੇ 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 ਲਾਗੇ ਕਿਆ ਕੋ ਕਰ ਹੈ ਪ੍ਰਾਨੀ ਰੱਬ ਨੇ ਇੱਕ ਨਿਜ਼ਮ ਬਣਾ ਦਿੱਤਾ ਉਸ ਨਿਜ਼ਮ ਦੇ ਵਿੱਚ ਜਿਸ ਤਰ੍ਹਾਂ ਦੀ ਤੇਰੀ ਭਾਵਨਾ ਜਿਸ ਤਰ੍ਹਾਂ ਦੀਆਂ ਤੇਰੀਆਂ ਬਾਸ਼ਨਾਵਾਂ ਜਿਸ ਤਰ੍ਹਾਂ ਦੀ ਤੇਰੀ ਸੋਚ ਹੋਏਗੀ ਜਿਸ ਪਾਸੇ ਦੀ ਤੇਰੇ ਅੰਦਰ ਖਿੱਚ ਹੋਏਗੀ ਉਸ ਪਾਸੇ ਤੇਰਾ ਜੀਵਨ ਲੱਗ ਜਾਣਾ ਹੈ ਰਾਣੀ ਦੇ ਕੀ ਬਸ ਹੈ ਜਿੰਨਾ ਚਿਰ ਉਹ ਨਿਜ਼ਮ ਨੂੰ ਨਹੀਂ ਸਮਝੇਗਾ ਉਸ ਨਿਜ਼ਮ ਨੇ ਇਹਦੀਆਂ ਭਾਵਨਾਵਾਂ ਸੋਚਾਂ ਪ੍ਰੀਤ ਖਿੱਚ ਮੁਤਾਬਕ ਇਹਨੂੰ ਉਧਰ ਪਾਈ ਰੱਖਣਾ ਹੈ ਜੇ ਤੇਰੇ ਅੰਦਰ ਭਾਵਨਾਵਾਂ ਚੰਗੀਆਂ ਨੇ ਵਿਚਾਰ ਚੰਗੇ ਨੇ ਸੋਚਾਂ ਚੰਗੀਆਂ ਨੇ ਤਾਂ ਤੇਰੀ ਜ਼ਿੰਦਗੀ ਬਖਸ਼ਿਸ਼ ਦੇ ਰਾਹ ਤੇ ਤੁਰਨੀ ਹੈ ਬਖਸ਼ਾ ਹੀ ਬਖਸ਼ਾ ਮਿਲ ਜਾਣੀਆਂ ਨੇ ਤੇਰੇ ਜੀਵਨ ਵਿੱਚ ਬਖਸ਼ਿਸ਼ਾਂ ਤੇਰੇ ਘਰ ਵਿੱਚ ਬਖਸ਼ਿਸ਼ਾਂ ਤੇਰੇ ਬੱਚਿਆਂ ਵਿੱਚ ਬਖਸ਼ਿਸ਼ਾਂ ਜੇ ਤੇਰੀਆਂ ਭਾਵਨਾਵਾਂ ਮੈਲੀਆਂ ਨੇ ਤੇਰੀ ਸੋਚ ਮੈਲੀ ਹੈ ਤੇਰੇ ਜਜ਼ਬੇ ਮੈਲੇ ਨੇ ਤਾਂ ਤੈਨੂੰ ਪਟਕਣਾ ਹੀ ਮਿਲਣੀ ਹੈ ਜ਼ਿੰਦਗੀ ਦੀ ਪਟਕਣਾ ਪਰਿਵਾਰ ਵਿੱਚ ਪਟਕਣਾ ਬੱਚਿਆਂ ਵਿੱਚ ਪਟਕਣਾ ਇਸੇ ਨੂੰ ਜਪਜੀ ਸਾਹਿਬ ਵਿੱਚ ਕਿਹਾ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਉਹਦੇ ਨਿਜ਼ਮ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ ਇਸੇ ਕਰਕੇ ਕਿ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਉਹ ਦੇ ਨਿਜ਼ਮ ਤੋਂ ਬਾਹਰ ਕੋਈ ਨਹੀਂ ਪ੍ਰਾਣੀ ਇਥੇ ਕਿਆ ਕੋ ਕਰੈ ਪ੍ਰਾਣੀ ਦੇ ਅਰਥ ਹੈ ਮਨੁੱਖ ਦਾ ਆਪਣਾ ਬਸ ਨਹੀਂ ਚੱਲਦਾ ਉਹਨੂੰ ਨਿਜ਼ਮ ਸਮਝਣਾ ਪਏਗਾ ਨਿਜ਼ਮ ਫੋਲੋ ਕਰਨਾ ਪਏਗਾ ਤਦ ਬਖਸ਼ਿਸ਼ ਆਏਗੀ ਉਹ ਚੱਲਣਾ ਨਿਜ਼ਮ ਨੇ ਹੈ ਉਸ ਨਿਜ਼ਮ ਨੇ ਤੈਨੂੰ ਚਲਾਉਣਾ ਹੈ ਤੇਰੇ ਆਪਣੀ ਬਸ 'ਚ ਨਹੀਂ ਹੈ ਮਨ ਦੀਆਂ ਮਰਜ਼ੀਆਂ ਵੀ ਕਰਾਂ ਤੇ ਬਖਸ਼ਿਸ਼ ਵੀ ਮਿਲ ਜਾਵੇ ਮੈਂ ਆ ਵੀ ਕਰਦਾ ਰਹਾ ਮੈਂ ਤੇ ਆ ਵੀ ਮਿਲ ਜਾਵੇ ਇਦਾਂ ਨਹੀਂ ਪਿਆਰਿਆ समर्पित हो सरेंडर हो बाहगुरु जी नु हर बंदा धर्म निभाਉਂਦਾ ਏ ਉਹ ਆਪਣੇ ਗੁਰੂ ਪਿਤਾ ਜੀ ਨੂੰ ਵਾਹਿਗੁਰੂ ਜੀ ਨੂੰ ਕਿੰਨਾ ਡੈਡੀਕੇਟਿਡ ਹੈ ਉਹਦੀ ਡੈਡੀਕੇਸ਼ਨ ਉਹਦੀ ਜ਼ਿੰਦਗੀ ਦੇ ਫੈਸਲੇ ਤੇ ਜ਼ਿੰਦਗੀ ਦੇ ਕਰਮਾਂ ਤੋਂ ਪਤਾ ਲੱਗਦੀ ਹੈ ਬਖਸ਼ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ हे नानक जी ਮੈਂ ਉਸ ਤੋਂ ਸਦਾ ਕੁਰਬਾਨ ਜਾਣਾ ਹਾਂ ਪ੍ਰਭੂ ਤੋਂ ਪਾਰ ਬ੍ਰਹਮ ਤੋਂ ਬਖਸ਼ਿ ਲੋ ਮੇਰੇ ਮਾਲਕ ਹੋ ਤੁਸੀਂ ਸਭ ਨੂੰ ਬਖਸ਼ ਲੋ ਸਤਿਗੁਰੂ ਜੀ ਸਭ ਤੇ ਕਿਰਪਾ ਕਰਦੇ ਹੋ ਆਸਾ ਮਹੱਲਾ ਪੰਜਵਾਂ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 129ਵਾਂ ਸ਼ਬਦ ਹੈ ਇਹ ਦੋ ਦੋ ਪਦਿਆਂ ਦੇ ਦੋਨੋਂ ਸ਼ਬਦ ਨੇ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ ਜਿਹੜੇ ਵਾਹਿਗੁਰੂ ਜੀ ਦੇ ਸੇਵਕ ਬਣ ਜਾਂਦੇ ਨੇ ਚਾਕਰ ਬਣ ਜਾਂਦੇ ਨੇ ਇਹ ਗੱਲ ਸਮਝੋ ਵਾਹਿਗੁਰੂ ਜੀ ਦੀ ਚਾੱਕਰੀ ਕਰਨ ਵਾਸਤੇ ਰੱਬ ਦੀ ਬਣਾਈ ਮਨੁੱਖਤਾ ਤੇ ਸਮਾਜ ਦੇ ਭਲੇ ਲਈ ਕੁਝ ਕਰਨਾ ਪਵੇਗਾ ਰੱਬ ਦਾ ਨਿਜ਼ਮ ਤੇਰੇ ਪੱਖ ਵਿੱਚ ਚੱਲੇਗਾ ਜਿੰਨੀ ਸ਼ੁੱਧ ਨੀਅਤ ਸ਼ੁੱਧ ਸੋਚ ਹੋਏਗੀ ਉਹਨਾਂ ਰੱਬ ਦਾ ਸਿਸਟਮ ਉਹਦਾ ਨਿਜ਼ਮ ਤੇਰੇ ਪੱਖ ਵਿੱਚ ਮਾਹੌਲ ਬਣਾਏਗਾ ਗੁਰੂ ਪਿਤਾ ਜੀ ਦੀ ਚਾੱਕਰੀ ਕਰਨ ਵਾਸਤੇ ਗੁਰੂ ਪਿਤਾ ਜੀ ਦੀ ਕੌਮ ਦੀ ਚੜ੍ਹਦੀ ਕਲਾ ਲਈ ਆਪਾਂ ਵਾਰ ਕੇ ਮਿਹਨਤ ਕਰਨੀ ਪਵੇਗੀ ਜਿੰਨਾ ਸ਼ੁੱਧ ਨੀਅਤ ਤੇ ਸ਼ੁੱਧ ਅੰਦਰ ਜਜ਼ਬਾ ਹੋਏਗਾ ਉਹਨਾਂ ਰੱਬ ਨੇ ਨਿਜ਼ਮ ਨੇ ਤੇਰੇ ਪੱਖ ਵਿੱਚ ਮਾਹੌਲ ਬਣਾਉਣਾ ਤੇ ਰਿਜ਼ਲਟ ਸਾਹਮਣੇ ਆਉਣਗੇ ਉਹ ਆਪਣੇ ਪਿਆਰੇ ਸੇਵਕਾਂ ਦੀ ਜੋ ਉਹਦੇ ਚਾਕਰ ਬਣ ਜਾਂਦੇ ਨੇ ਉਹਨਾਂ ਦੀ ਅਪੇ ਲਾਜ ਰੱਖਦੇ ਨੇ ਤੇ ਨਾਲ ਉਹਨਾਂ ਨੂੰ ਨਾਮ ਜਪਾਉਂਦੇ ਨੇ ਉਹ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਾਸ ਵਿੱਚ ਜੁੜਦੇ ਹੁੰਦੇ ਨੇ ਵਾਹਿਗੁਰੂ ਜੀ ਦੇ ਰੱਬੀ ਉਪਦੇਸ਼ਾਂ ਨੂੰ ਪ੍ਰੈਕਟੀਕਲ ਜ਼ਿੰਦਗੀ 'ਚ ਜਿਉਂਦੇ ਨੇ ਰੱਬ ਦੇ ਨਿਯਮ ਨੂੰ ਫੋਲੋ ਕਰਦੇ ਨੇ ਇਹ ਤਿੰਨੋ ਚੀਜ਼ਾਂ ਨਾਮ ਜਪਣਾ ਜਾਂ ਜਾਂ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਹਵੈ ਜਿੱਥੇ ਜਿੱਥੇ ਵੀ ਉਹ ਮਨੁੱਖ ਗੁਰੂ ਕੇ ਚਾਕਰ ਗੁਰੂ ਕੇ ਸੇਵਕ ਚੱਕਰੀ ਕਰਦੇ ਨੇ ਸੇਵਕ ਦੀ ਕਿਰਤ ਚੱਕਰੀ ਹੈ ਸੇਵਕ ਦਾ ਕਾਰਜ ਹੀ ਚੱਕਰੀ ਹੈ ਉਹ ਜਿੱਥੇ ਜਿੱਥੇ ਵੀ ਚੱਕਰੀ ਕਰਦੇ ਨੇ ਰੱਬ ਉੱਥੇ-ਉੱਥੇ ਹੀ ਉਹਦੀ ਮਦਦਗਾਰ ਹੁੰਦੇ ਨੇ ਉੱਠਦਾ ਵਾ ਰੱਬ ਉੱਥੇ ਬੋੜ ਜਾਂਦਾ ਹੈ ਜਿਹੜੇ ਚਾਕਰ ਰੱਬ ਦੀ ਚਾਕਰੀ ਕਰਦੇ ਨੇ ਜਿੱਥੇ ਵੀ ਕਰਦੇ ਨੇ ਰੱਬ ਉੱਥੇ ਹੀ ਉਹਨਾਂ ਲਈ ਬੋੜਦਾ ਹੈ ਤਾਹਾਂ-ਤਾਹਾਂ ਉੱਠਦਾ ਵਾ ਜਿੱਥੇ ਵੀ ਗੁਰੂ ਕੀ ਚਾਕਰੀ ਕਰਨ ਵਾਲਾ ਗੁਰੂ ਦਾ ਸੇਵਕ ਚਾਕਰੀ ਕਰੇਗਾ ਗੁਰੂ ਸਾਹਿਬ ਉੱਥੇ ਹੀ ਉਹਦੀ ਮਦਦਗਾਰ ਲਈ ਬੋੜਦੇ ਨੇ ਗੁਰੂ ਪਿਤਾ ਜੀ ਤੇ ਵਾਹਿਗੁਰੂ ਜੀ ਇਸ ਤਰੀਕੇ ਨਾਲ ਵਰਦਦੇ ਨੇ ਇਹਦਾ ਕੋਈ ਭੇਦ ਨਹੀਂ ਪਾ ਸਕਦਾ ਉਹਦੇ ਕੌਤਕ ਨੇ ਉਹਦੀਆਂ ਰਮਜ਼ਾ ਨੇ ਉਹ ਕਿਸ ਤਰੀਕੇ ਨਾਲ ਮਦਦ ਕਰਦਾ ਹੈ ਵਾਹਿਗੁਰੂ ਜੀ ਕਿਵੇਂ ਸਾਡੇ ਪੱਖ ਵਿੱਚ ਮਾਹੌਲ ਬਣਾ ਦਿੰਦੇ ਨੇ ਕਿਵੇਂ ਉਹ ਸਾਨੂੰ ਖੁਸ਼ੀਆਂ ਦੇ ਨਾਲ ਭਰ ਦਿੰਦੇ ਨੇ ਕਿਵੇਂ ਉਹ ਸਾਡੇ ਅੰਦਰ ਪ੍ਰੀਤ ਪਰਪੱਕ ਕਰ ਦਿੰਦੇ ਨੇ ਜਜ਼ਬਾ ਦੇ ਦਿੰਦੇ ਨੇ ਸਾਡੇ ਘਰ ਦਾ ਮਾਹੌਲ ਬਦਲ ਦਿੰਦੇ ਨੇ ਸਾਡੇ ਬੱਚਿਆਂ ਨੂੰ ਆਗਿਆਕਾਰੀ ਬਣਾ ਦਿੰਦੇ ਨੇ ਇਹ ਰੱਬ ਬੌੜਦਾ ਆਪਣੀ ਚੱਕਰਾਂ ਲਈ ਗੁਰੂ ਪਿਤਾ ਬੌੜਦੇ ਨੇ ਕਿਸ ਤਰੀਕੇ ਨਾਲ ਇਹ ਨਹੀਂ ਸਮਝਿਆ ਜਾ ਸਕਦਾ ਇਹ ਤਾਂ ਜਿਵੇਂ ਜਿਵੇਂ ਵਾਪਰਦੀ ਹੈ ਤਿਉਂ ਤੇ ਅੰਦਰ ਸ਼ੁਕਰਾਨਾ ਬੈਰਾਗ ਜਾਗਦਾ ਹੈ ਸੇਵਕ ਕ ਨਿਕਟੀ ਹੋਏ ਦਿਖਾਵੇ ਕੁਝ ਐਸੇ ਕੌਤਕ ਜ਼ਿੰਦਗੀ ਚ ਵਾਪਰਦੇ ਨੇ ਜਦੋਂ ਸਾਰੇ ਸਾਥ ਛੱਡ ਜਾਂਦੇ ਨੇ ਤੇ ਰੱਬ ਬੌੜਦਾ ਹੈ ਉਹਦੀ ਜ਼ਿੰਦਗੀ ਵਿੱਚ ਉਹਦੇ ਰੁਕੇ ਹੋਏ ਕਾਰਜ ਰਾਸ ਹੁੰਦੇ ਨੇ ਫਿਰ ਪਤਾ ਲੱਗਦਾ ਕਿ ਰੱਬ ਤਾਂ ਆਪਣੇ ਚਾਕਰਾਂ ਨੂੰ ਨੇੜੇ ਹੋ ਕੇ ਦਿਦਾਰ ਕਰਦਾ ਹੈ ਦਿਦਾਰ ਦਿੰਦਾ ਹੈ ਨੇੜੇ ਹੋ ਕੇ ਆਪਣੀ ਕਲਾ ਪ੍ਰਗਟ ਕਰਵਾ ਦਿੰਦਾ ਹੈ ਨੇੜੇ ਹੋ ਕੇ ਆਪਣੀਆਂ ਰਹਿਮਤਾਂ ਦੇ ਬੱਦਲ ਬਰਸਾ ਦਿੰਦਾ ਹੈ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਇ ਆਵੇ ਫਿਰ ਜਿਹੜੀ ਗੁਰੂ ਦੇ ਚਾਕਰਾਂ ਦੇ ਅੰਦਰ ਮਨ ਦੀ ਭਾਵਨਾ ਹੁੰਦੀ ਹੈ ਜੋ ਉਹਨਾਂ ਦੀ ਇੱਛਾ ਹੁੰਦੀ ਹੈ ਉਹਨਾਂ ਦੇ ਅੰਦਰ ਤੜਫ ਹੁੰਦੀ ਹੈ ਉਤਰੰਤ ਵਾਹਿਗੁਰੂ ਜੀ ਪੂਰੀ ਕਰਦੇ ਨੇ ਇੱਕ ਛਿਨ ਵਿੱਚ ਖੇਲ ਵਰਤਾ ਦਿੰਦੇ ਨੇ ਰਹਾਓ ਸੈਂਟਰਲ ਆਈਡੀਆ ਹੈ ਸ਼ਬਦ ਦਾਏ ਤੈਸੇ ਸੇਵਕ ਕਹਿ ਹਾਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਜਿਹੜੇ ਗੁਰੂ ਪਿਤਾ ਜੀ ਦੇ ਚਾਕਰ ਬਣ ਜਾਂਦੇ ਨੇ ਰੱਬ ਦੇ ਚਾਕਰ ਬਣ ਜਾਂਦੇ ਨੇ ਸਵਾਰਥ ਤੋਂ ਉੱਪਰ ਉੱਠ ਕੇ ਸਬਰ ਸੰਤੋਖ ਦੇ ਵਿੱਚ ਆਪਾ ਵਾਰ ਦਿੰਦੇ ਨੇ ਉਹ ਵਾਹਿਗੁਰੂ ਜੀ ਨੂੰ ਬਹੁਤ ਚੰਗੇ ਲੱਗਦੇ ਨੇ ਇਸ ਸਤਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਉਹ ਕਮਾਲ ਦੇ ਜੀਵਨ ਨੇ। ਉਹ ਸਤਗੁਰੂ ਜੀ ਉਹਨਾਂ ਨੂੰ ਬਖਸ਼ਿਸ਼ਾਂ ਦਿੰਦੇ ਨੇ, ਖੁਸ਼ ਹੁੰਦੇ ਨੇ ਗੁਰੂ ਸਾਹਿਬ ਉਹਨਾਂ ਦੇ। ਤਿਸ ਕੀ ਸੋਏ ਸੁਣੀ ਮਨ ਹਰਿਆ। ਨਾ ਤਿਸ ਨਾਨਕ ਪਰਸਣ ਆਵੇ। ਨਾਨਕ ਜੀ ਕਹਿੰਦੇ ਨੇ ਕਿ ਉਹਨਾਂ ਦੀ ਵਡਿਆਈ ਸੁਣ ਕੇ ਮੇਰਾ ਮਨ ਖਿੜ ਜਾਂਦਾ। ਜਿਹੜੇ ਪਰਪਕਾਰੀ ਹੁੰਦੇ ਨੇ ਨਾ ਚੰਗੇ ਕੰਮਾਂ ਵਾਲੇ ਜੰਗੇ ਕੰਮ ਕਰਦੇ ਨੇ ਹਰ ਕੌਮ ਦੇ ਅੰਦਰ ਹਰ ਸਿੱਖ ਦੇ ਅੰਦਰ ਪਰਖ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਨੁਕਸਾਨੀ ਲੱਭਣੇ ਅੰਦਰੋਂ ਖੜ ਜਾਣਾ ਚਾਹੀਦਾ ਹੈ ਕਿ ਰੱਬ ਨੇ ਐਸੇ ਐਸੇ ਪਰਪਕਾਰੀ ਵੀ ਪੈਦਾ ਕੀਤੇ ਨੇ ਅੰਦਰ ਇੱਕ ਸ਼ੁਕਰਾਨਾ ਜਾਗਣਾ ਚਾਹੀਦਾ ਹੈ ਜਿਸ ਨਾਨਕ ਪਰਸਨ ਆਵੇ ਉਹਨਾਂ ਨੂੰ ਪਰਸਨ ਤੋਂ ਭਾਵ ਹੈ ਉਹਨਾਂ ਦਾ ਸੰਗ ਕਰਨਾ ਉਹਨਾਂ ਦੀ ਮਦਦ ਕਰਨੀ ਉਹਨਾਂ ਦੇ ਨਾਲ ਇਕ ਕਾਫਲਾ ਬਣਾ ਕੇ ਤੁਰਨਾ ਆਸਾ ਕਰ ਗਿਆਰਵਾਂ ਮਹੱਲਾ ਪੰਜਵਾਂ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 130ਵਾਂ ਸ਼ਬਦ ਹੈ ਸਵਾਰ ਤਾਲ ਤੇ ਰਾਗ ਦੇ ਪੇ ਦੇ ਅਨਸਾਰ 11ਵੇਂ ਘਰ ਵਿੱਚ ਗਾਉਣ ਦਾ ਹੁਕਮ ਹੈ ਸ਼ਬਦ ਤੋਂ ਪਹਿਲਾਂ ਮੂਲ ਮੰਤਰ ਦਾ ਸੰਖੇਪ સ્વરૂਪ ਹੈ ੴ ਸਤਿਗੁਰ ਪ੍ਰਸਾਦਿ ਵਾਹਿਗੁਰੂ ਜੀ ਇੱਕ ਹੈ ਇੱਕ ਰਸ ਵਿਆਪਕ ਅਰਥਾਤੇ ਹਰ ਸਮੇਂ ਉਹ ਸੱਚੇ ਗਿਆਨ ਦੇ ਰੂਪ ਵਿੱਚ ਗੁਣਾ ਦੇ ਰੂਪ ਵਿੱਚ ਨਿਜਮ ਦੇ ਰੂਪ ਵਿੱਚ ਸ਼ਕਤੀਆਂ ਦੇ ਰੂਪ ਵਿੱਚ ਤੇ ਬਖਸ਼ੀਆਂ ਦੇ ਰੂਪ ਵਿੱਚ ਹਰ ਥਾਂ ਤੇ ਸਮਾਇਆ ਹੋਇਆ ਸਰਬਕਾਲ ਸਰਬothor ਹੈ ਉਹ ਸੱਚਾ ਗਿਆਨ ਜਦੋਂ ਉਪਦੇਸ਼ ਬਣ ਕੇ ਮਨ ਨੂੰ ਹਲੂਣਾ ਦਿੰਦਾ ਹੈ ਮਨ ਨੂੰ ਚੰਗਾ ਲੱਗਦਾ ਹੈ ਮਨ ਮੰਨਦਾ ਹੈ ਤੇ ਉਹ ਸਤਗੁਰ ਸਰੂਪ ਦੀ ਕਿਰਪਾ ਹੁੰਦੀ ਹੈ ਸੱਚੇ ਗਿਆਨ ਦੀ ਕਿਰਪਾ ਉਦਿਨਲ ਫਿਰ ਰੱਬ ਦੀ ਇੱਕ ਓੰਕਾਰ ਦੀ ਹਰ ਥਾਂ ਤੇ ਐਗਜ਼ਿਸਟੈਂਸ ਫੀਲ ਹੁੰਦੀ ਹੈ ਉਹਦੀ ਹੋਂਦ ਮਹਿਸੂਸ ਹੁੰਦੀ ਹੈ ਵਾਹਿਗੁਰੂ ਜੀ ਮੇਰੇ ਅੰਗ ਸੰਗ ਨੇ ਉਹ ਤਾਂ ਹਾਜ਼ਰ ਨਾਜ਼ਰ ਨੇ ਹੁਣ ਇਥੇ ਉਦਾਹਰਨ ਦੇ ਰਹੇ ਨੇ ਨਟੂਆ ਭੇਖ ਦਿਖਾਵਾ ਬਹੁ ਬਿਦ ਜੈਸਾ ਹੈ ਉਹ ਤੈ ਸਾਰੇ ਨਟੂਆ ਡਰਾਮਾ ਕਰਨ ਵਾਲਾ ਨਾਟਕ ਖੇਲਣ ਵਾਲਾ ਬੱਖ ਬੱਖ ਐਕਟਿੰਗ ਕਰਦਾ ਅੱਜ ਦੇ ਯੁੱਗ ਵਿੱਚ ਇਹਨੂੰ ਸੀਰੀਅਲ ਕਹਿ ਲੋ ਮੂਵੀ ਕਹਿ ਲੋ ਉਹਦੇ ਵਿੱਚੋਂ ਡੀਆਈਜੀ ਵੀ ਬਣਦਾ ਹੈ ਉਹਦੇ ਚੋਂ ਚੋਰ ਵੀ ਬਣਦਾ ਹੈ ਉਹਦੇ ਚੋਂ ਰਾਜਾ ਵੀ ਬਣਦਾ ਹੈ ਉਹਦੇ ਚੋਂ ਅਫੀਸਰ ਵੀ ਬਣ ਜਾਂਦਾ ਹੈ ਪਰ ਜੈਸਾ ਹੈ ਉਹ ਤੈਸੋ ਰਹੇ ਉਹ ਜਿਉਂ ਜਾਉ ਤਾਂ ਹੋ ਹੀ ਜਾਈਆ ਇਹ ਕੋਈ ਝੇਖ ਕਰਕੇ ਉਹ ਰਾਜਾ ਨਹੀਂ ਬਣ ਗਿਆ ਕੋਈ ਐਕਟਿੰਗ ਕਰ ਰਿਹਾ ਰਾਜਾ ਨਹੀਂ ਬਣ ਗਿਆ ਕੋਈ ਡੀਆਈਜੀ ਦੀ ਐਕਟਿੰਗ ਕਰ ਰਿਹਾ ਡੀਆਈਜੀ ਨਹੀਂ ਬਣ ਗਿਆ ਉਤਾ ਦਾ ਰੋਲ ਹੈ ਰੋਲ ਕਰ ਰਿਹਾ ਤੇ ਐਕਟਿੰਗ ਕਰ ਰਿਹਾ ਉਹ ਇਸੇ ਤਰ੍ਹਾਂ ਜੇ ਧਰਮ ਦੇ ਸਿਧਾਂਤਾਂ ਨੂੰ ਜ਼ਿੰਦਗੀ ਚ ਨਹੀਂ ਮੰਨਿਆ ਤੇਰੀ ਜ਼ੁਬਾਨ ਤੇ ਮਿਠਾਸ ਨਹੀਂ ਆਈ ਜ਼ੁਬਾਨ ਤੇ ਸ਼ੁਕਰਾਨਾ ਨਹੀਂ ਆਇਆ ਤੇਰੇ ਸੁਭਾਅ ਵਿੱਚ ਚੁਸਤ ਲਕੀਆਂ ਨਹੀਂ ਖਤਮ ਹੋਈਆਂ ਸਵਾਰਥ ਚਾਪਲੂਸੀਆਂ ਨਹੀਂ ਖਤਮ ਹੋਈਆਂ ਤੇਰੀ ਸੋਚ ਸੁਭਾਅ ਵਿੱਚ ਧਰਮ ਨਹੀਂ ਆਇਆ ਤਾਂ ਤੇਰੇ ਜਿਹੜੇ ਧਰਮ ਦੇ ਕਰਮ ਕਰ ਰਹੇ ਨੇ ਮੈਂ ਐਕਟਿੰਗ ਹੈ ਅਸਲੀ ਤੂੰ ਹੈ ਜੋ ਤੇਰਾ ਜੀਵਨ ਹੈ ਆਨੇ ਕਾ ਜੋਨ ਭ੍ਰਮਿਓ ਪ੍ਰਮ ਭੀਤਰ ਸੁਖੈ ਨਹੀਂ ਪਰਵੇਸ਼ਾਰੇ ਤੇਰਾ ਮਨ ਤੇ ਜਾਨਵਰਾਂ ਪਸ਼ੂਆਂ ਦੀ ਜੁੰਨੀਆਂ ਵਿੱਚ ਉਸ ਤਰ੍ਹਾਂ ਦੇ ਸੁਭਾਵਾਂ ਵਿੱਚ ਵਿਚਰਦਾ ਪਿਆ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਤੂੰ ਤਾਂ ਭਰਮ ਵਿੱਚ ਦਿਉਂ ਰਿਆ ਤੈਨ ਤਸਲੀ ਜਿੰਦਗੀ ਦੀ ਇਸ ਲਈ ਤ ਪਤਾ ਹੀ ਨਹੀਂ ਲੱਗੀ ਉਹ ਸੁਖ ਜਿਹੜਾ ਸੰਤੁਸ਼ਟੀ ਵਿੱਚੋਂ ਨਿਕਲਦਾ ਹੈ ਸ਼ੁਕਰਾਨੇ ਆਨੰਦ ਰਸ ਵਿੱਚੋਂ ਨਿਕਲਦਾ ਉਹਦੇ 'ਚ ਤਾਂ ਤੇਰਾ ਮਨ ਪ੍ਰਵੇਸ਼ ਹੀ ਨਹੀਂ ਹੋਇਆ ਐਂਟਰੀ ਨਹੀਂ ਹੋਇਆ ਹਲੇ ਸਾਧ ਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨਿਤਾ ਰੇ ਐ ਮੇਰੇ ਸਜਣਾ ਐ ਮਿੱਤਰਾ ਐ ਰੱਬ ਦੇ ਪਿਆਰੇ ਸੰਤ ਜਨੋ ਸਜਣਾ ਮਿੱਤਰੋ ਰੱਬ ਤੋਂ ਬਿਨਾ ਸਭ ਕੁਝ ਅਨਿਤਾ ਹੁੰਦਾ ਨਾਸ਼ਵੰਤ ਦੁੱਖਾਂ ਵਿੱਚ ਨਾਲ ਨਿਭਣ ਵਾਲਾ ਨਹੀਂ ਰੁਕਾਵਟਾਂ ਵਿੱਚ ਨਾਲ ਨਿਭਣ ਵਾਲਾ ਨਹੀਂ ਉਹ ਤਾਂ ਅਬਦੀ ਬਖਸ਼ਿਸ਼ ਨਿਭਦੀ ਹੈ ਗੁਰੂ ਦੀ ਬਖਸ਼ਿਸ਼ ਨਿਭਦੀ ਹੈ ਮਿਲਦੀ ਕਿਥੋਂ ਗੁਰੂ ਦੀ ਸੰਗਤ ਵਿੱਚੋਂ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾ ਰੇ ਰਹਾਓ ਜਿਨ੍ਹਾਂ ਨੇ ਗੁਰੂ ਕੀ ਸੰਗਤ ਕਰਕੇ ਸੰਗਤ ਕਰਨਾ ਹੁੰਦਾ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਮੰਨਣਾ ਤੇ ਮਨ ਦਾ ਸੁਭਾਅ ਦਾ ਬਦਲ ਜਾਣਾ ਬਦਲ ਜਾਣਾ ਹੀ ਸੰਗਤ ਹੁੰਦੀ ਹੈ ਦੋ ਬੱਚੇ ਖੇਡ ਰਹੇ ਨੇ ਤੁਹਾਡੇ ਘਰ ਦੇ ਲੈਫਟ ਸਾਈਡ ਤੇ ਦੋ ਬੱਚੇ ਖੇਡ ਰਹੇ ਨੇ ਰਾਈਟ ਸਾਈਡ ਤੇ ਦੋ ਬੱਚੇ ਖੇਡਦੇ ਨੇ 6 ਮਹੀਨੇ ਇੱਕ ਦੂਜੇ ਨਾਲ ਇਕੱਠੇ ਖੇਡਦੇ ਰਹੇ ਇਧਰ ਵੀ پارک ਹੈ ਇਧਰ ਵੀ پارک ਹੈ ਦੋਨੋਂ پارک ਤੇ ਮਿਲਦੇ ਰਹੇ ਇੱਕ ਪਾਸੇ ਤਾਂ ਜਿਹੜਾ ਚੰਗਾ ਬੱਚਾ ਸੀ ਉਹ ਬੁਰੇ ਬੱਚੇ ਦੀਆਂ ਆਤਾਂ ਕਰਕੇ ਬੁਰਾ ਬਣ ਗਿਆ ਦੂਜੇ ਪਾਸੇ ਜਿਹੜਾ ਬੁਰਾ ਬੱਚਾ ਸੀ ਉਹ ਚੰਗੇ ਦੀਆਂ ਆਤਾਂ ਕਰਕੇ ਚੰਗਾ ਬਣ ਗਿਆ ਸੰਗਤ ਕੀ ਨੇ ਕੀਤੀ ਇੱਕ ਨੇ ਬੁਰੇ ਦੀ ਸੰਗਤ ਕਰਕੇ ਬੁਰਾ ਬਣ ਗਿਆ ਇੱਕ ਨੇ ਚੰਗੇ ਦੀ ਸੰਗਤ ਕਰਕੇ ਚੰਗਾ ਬਣ ਗਿਆ ਇਹ ਦਾ ਮਤਲਬ ਬਦਲ ਜਾਣਾ ਸੰਗਤ ਹੈ। ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਅਨਸਾਰ ਸੁਭਾਅ ਦਾ ਬਦਲ ਜਾਣਾ ਸੰਗਤ ਹੈ। ਉਸ ਸੰਗਤ ਵਿੱਚੋਂ ਉਹਨਾਂ ਉਪਦੇਸ਼ਾਂ ਦੇ ਨਾਲ ਗੁਣ ਮਿਲਦੇ ਨੇ। ਫਿਰ ਸੰਗਤ ਵਿੱਚੋਂ ਸਮਝ ਮਿਲਦੀ ਹੈ ਗੁਰਬਾਣੀ ਵਿੱਚੋਂ ਗੁਣ ਸਾਡੇ ਨਹੀਂ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਗੁਣਾਂ ਤੋਂ ਮੈਨਾਂ ਭਗਤੀ ਦੀ ਪਰਵਾਹ ਨਹੀਂ ਤੇ ਗੁਣ ਵਾਹਿਗੁਰੂ ਜੀ ਦੇ ਨੇ। ਜਿਸ ਵਾਹਿਗੁਰੂ ਜੀ ਨੇ ਗੁਣ ਦਿੱਤੇ ਨੇ ਉਹਦੇ ਸ਼ੁਕਰਾਨੇ ਵਜੋਂ ਉਹ ਕਰਜਾ ਸਾਡੇ ਤੇ ਇਹਨਾਂ ਗੁਣਾਂ ਨੂੰ ਪਰਪਕਾਰ ਲਈ ਵਰਤਣਾ ਉਹਨੂੰ ਕਹਿੰਦੇ ਨੇ ਗੁਣ ਗਾਉਣੇ ਇਹ ਜਨਪਦਾਰਥ ਜਿੱਤਾਰੇ ਉਹਨੇ ਜਨਪਦਾਰਥ ਜਿੱਤ ਲਿਆ ਜੀਵਨ ਸਫਲ ਕਰ ਲਿਆ ਉਹ ਜ਼ਿੰਦਗੀ ਦੀ ਬਾਜੀ ਜਿੱਤ ਜਾਂਦੇ ਨੇ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਵਿਦ ਤਰੀਏ ਰੇ ਰੱਬ ਨੇ ਜੋ ਨਿਜ਼ਮ ਬਣਾਇਆ ਉਸ ਵਿੱਚ ਮਾਇਆ ਦੇ ਤਿੰਨ ਗੁਣ ਪੈਦਾ ਕਰ ਦਿੱਤੇ ਮਨੁੱਖ ਦੇ ਅੰਦਰ ਤਮੋ ਵਰਤੀ ਹੈ ਮੈਨੂੰ ਕੁਝ ਪ੍ਰਾਪਤ ਹੋਵੇ ਇੱਥੋਂ ਵੀ ਪ੍ਰਾਪਤ ਹੋਵੇ ਇੱਥੋਂ ਵੀ ਪ੍ਰਾਪਤ ਹੋਵੇ ਉਹ ਹੈ ਤਾਂ ਗੁਣ ਹੈ ਉਹ ਤੁਰਨਾ ਤੇ ਇਸ ਪਾਸੇ ਚਾਹੀਦਾ ਸੀ ਰੱਬੀ ਉਪਦੇਸ਼ ਸਮਝਾਉਣ ਮੇਰੇ ਅੰਦਰ ਗੁਣ ਆਉਣ ਮੇਰੇ ਅੰਦਰ ਬਖਸ਼ਿਸ਼ ਹੋਵੇ ਮੇਰੇ ਘਰ ਵਿੱਚ ਬਖਸ਼ਿਸ਼ ਹੋਵੇ ਮੇਰੇ ਘਰ ਵਿੱਚ ਏਕਤਾ ਹੋਵੇ ਮੇਰੇ ਬੱਚੇ ਆਗਿਆਕਾਰੀ ਬਣਨ ਪਰ ਉਸ ਨੂੰ ਦੁਨਿਆਵੀ ਪ੍ਰਾਪਤੀਆਂ ਦੇ ਪਿੱਛੇ ਭੱਜ ਗਿਆ ਇਹ ਤਮੋ ਗੁਣ ਬਣ ਗਿਆ ਜਿੰਨੀਆਂ ਪ੍ਰਾਪਤੀਆਂ ਹੋ ਗਈਆਂ ਉਹਦੇ ਨਾਲ ਫਿਰ ਪ੍ਰਭਾਵ ਪਾਉਂਦਾ ਲੋਕਾਂ ਤੇ ਪਤਾ ਲੱਗੇ ਮੈਂ ਅਮੀਰ ਆ ਮੈਂ ਸਿਆਣਾ ਇਹ ਰੱਜੋਗੁਣ ਬਣ ਜਾਂਦਾ ਹੈ ਫਿਰ ਧਰਮ ਦੀ ਦੁਨੀਆ ਵਿੱਚ ਵੀ ਜਿਹੜੇ ਕਰਮ ਕਰਦਾ ਹੈ ਉਹਦੇ ਸੋਚਦਾ ਮੈਨੂੰ ਕੀ ਮਿਲੇਗਾ ਸੇਵਾ ਕਰਦਾ ਮੈਨੂੰ ਰੱਬ ਆ ਦੇ ਦੇਵੇ দান ਕਰਦਾ ਦੇ ਦੇਵੇ ਇਹ ਸਤੋਗੁਣ ਬਣ ਗਿਆ ਇਹਦੇ ਵਿੱਚ ਉਲਝਿਆ ਹੋਇਆ ਹੈ ਇਹ ਰੱਬ ਨੇ ਨਿਜ਼ਮ ਬਣਾਇਆ ਸੀ ਇਹ ਸੱਚ ਦੇ ਰਸਤੇ ਤੇ ਨੇ ਸਹਾਈ ਹੋਣਾ ਸੀ ਇਹਨੂੰ ਦੁਨਿਆਵੀ ਰਸਤੇ ਨਾਲ ਜੋੜ ਲਿਆ ਦੁਨਿਆਵੀ ਮੰਗਾ ਨਾਲ ਜੋੜ ਲਿਆ ਆਹੋ ਕਵਨ ਵੇ ਤਰੀਆ ਰਹੇ ਕਿਵੇਂ ਬਚਿਆ ਜਾਵੇ ਇਸ ਤਰ੍ਹਾਂ ਦੀ ਭਾਵਨਾ ਵਿੱਚ ਡੁੱਬਣ ਤੋਂ ਕਿਵੇਂ ਬਚਿਆ ਜਾਵੇ ਘੂਮਨ ਘੇਰ ਅਗਾਹਗਾਖਰੀ ਗੁਰ ਸ਼ਬਦੀ ਪਾਰ ਉਤਰੀਐ ਰੇ ਇਹ ਮਨ ਦੀ ਸਮਝ ਦੀ ਘੂਮਣ ਘੇਰੀ ਹੈ ਬੜੀ ਔਕੀ ਹੈ ਇਹਦੇ 'ਚ ਹਰ ਕੋਈ ਉਲਝਿਆ ਹੈ ਗੁਰ ਸ਼ਬਦੀ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਉਪਦੇਸ਼ ਨੂੰ ਜਿਉਂ ਕੇ ਇਸ ਤੋਂ ਬਚਿਆ ਜਾ ਸਕਦਾ ਹੈ ਉਹਦੇ ਲਈ ਗੁਰਬਾਣੀ ਦੀਆਂ ਰਮਜ਼ਾਂ ਵੀ ਸਮਝਣੀਆਂ ਨੇ ਗੁਰੂ ਸਾਹਿਬ ਕਹਿ ਕੀ ਰਹੇ ਨੇ ਗੁਰੂ ਸੇਬ ਸਾਨੂੰ ਸਿਖਾ ਕੀ ਰਹੇ ਨੇ ਗੁਰੂ ਪਿਤਾ ਜੀ ਸਾਨੂੰ ਦੇਖ ਹੀ ਰਹੇ ਨੇ ਇਤਿਹਾਸਿਕ ਰਮਜ਼ਾਂ ਵੀ ਸਮਝਣੀਆਂ ਨੇ ਗੁਰੂ ਪਾਤਸ਼ਾਹ ਨੇ ਕਿਦਾਂ ਜਿਉ ਕੇ ਦਿਖਾਇਆ ਖੋਜ ਤ ਖੋਜ ਤ ਖੋਜ ਵਿਚਾਰਿਓ ਤਤ ਨਾਨਕ ਇਹ ਜਾਨਾਰੇ ਖੋਜ ਖੋਜ ਕੇ ਪਰਚੋਲ ਪਰਚੋਲ ਕੇ ਰਿਸਰਚ ਕਰ ਕਰਕੇ ਐਨਾਲਾਈਸਿਸ ਕਰ ਕਰਕੇ ਅਸਲੀਅਤ ਨੂੰ ਸਮਝ ਲਿਆ ਜ਼ਿੰਦਗੀ ਦੀ ਅਸਲੀਅਤ ਪਤਾ ਲੱਗ ਗਈ ਜ਼ਿੰਦਗੀ ਦਾ ਅਸਲੀ ਮਿਸ਼ਨ ਪਤਾ ਲੱਗ ਗਿਆ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿਆ ਨਾਰੇ ਇਹ ਮਨ ਜੇ ਨਾਮ ਦੇ ਖਜ਼ਾਨੇ ਨਾਲ ਜੁੜ ਜਾਵੇ ਅਨਮੋਲ ਤੋਂ ਭਾਇ ਹੋ ਇਹ ਮਨ ਵੀ ਜਦੋਂ ਭਿੱਜਣ ਲੱਗ ਜਾਂਦਾ ਹੈ ਨਾ ਉਸ ਪਿਆਰ ਵਿੱਚ ਇਹ ਵੀ ਨਿਰਮੋਲਕ ਮਾਨਕ ਹੀਰਾ ਬਣ ਜਾਂਦਾ ਹੈ ਬੜਾ ਕੀਮਤੀ ਬਣ ਜਾਂਦਾ ਹੈ ਮਨ ਕੀ ਹੈ ਸੁਭਾਅ ਉਹ ਇਸ ਸੁਭਾਅ ਜੇ ਤੂੰ ਰੱਬ ਦੇ ਉਪਦੇਸ਼ਾਂ ਨੂੰ ਅਨਸਾਰ ਜਿਉਣ ਵਾਲਾ ਸੁਭਾਅ ਬਣ ਗਿਆ ਧਰਮ ਦੇ ਕਰਮ ਕਿੰਨੇ ਕਰਦਾ ਹੈ ਗੱਲ ਇਹ ਨਹੀਂ ਹੈ ਤੇਰੀ ਜ਼ੁਬਾਨ ਦੇ ਸੁਭਾਅ ਵਿੱਚ ਕੁੜੱਤਨ ਕਿੰਨੀ ਨਿਕਲ ਗਈ ਮਿਠਾਸ ਕਿੰਨੀ ਆ ਗਈ ਧਰਮਤਾ ਇੱਥੋਂ ਪਤਾ ਲੱਗੇਗਾ ਤੇਰੇ ਅੰਦਰ ਨਿੰਦਾ ਚੁਗਲੀ ਦਾ ਰਸ ਕਿੰਨਾ ਕੁ ਬੈਠਾ ਹੈ ਤੇ ਬਚ ਕਿੰਨਾ ਖ ਗਿਆ ਤੂੰ ਆਪਣੇ ਕੰਮ ਪੂਰੇ ਕਰਨ ਵਾਸਤੇ ਸਵਾਰਥ ਤੇ ਚੁਸ ਚਲਾਕੀਆਂ ਦਾ ਕਿੰਨਾ ਖਸਾਰਾ ਲੈਣਾ ਧਰਮਤਾ ਇੱਥੋਂ ਪਤਾ ਲੱਗੇਗਾ ਇਹ ਗਿਆਨ ਰੂਪੀ ਨਾਮ ਦੇ ਖਜ਼ਾਨੇ ਨੂੰ પાਕੇ ਮਿਲੇਗਾ ਉਪਦੇਸ਼ਾਂ ਨੂੰ ਮੰਨ ਕੇ ਤੇ ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਦਾ ਸਹਿ ਪਾਵ ਨਹੀਂ ਵੇਜਿਓ ਕਿ ਪਤਾ ਲੱਗੇਗਾ ਇਹ ਧਿਆਨ ਰੂਪੀ ਨਾਮ ਹੈ ਉਹ ਜਿੱਥੇ ਨਾਮ ਨਿਰਮੋਲਕ ਹੀਰਾ ਹੈ ਉੱਤੇ ਫਿਰ ਜਿਹੜਾ ਮਨ ਭਿੱਜ ਜਾਂਦਾ ਹੈ ਭਤੀ ਜਾਂਦਾ ਹੈ ਉਹ ਵੀ ਨਿਰਮੋਲਕ ਹੀਰਾ ਬਣ ਜਾਂਦਾ ਸਤਿਗੁਰੂ ਜੀ ਕਿਰਪਾ ਕਰਨ ਜਿੰਨੀ ਕ ਬਾਣੀ ਸਮਝੀਏ ਉਹ ਜ਼ਿੰਦਗੀ ਵਿੱਚ ਵਸ ਜਾਵੇ ਜਿਉਣੀ ਸਿੱਖ ਜਾਈਏ ਕੱਲ ਨੂੰ ਫਿਰ 404 ਰੰਗ ਦੀ ਵਿਚਾਰ ਲੈ ਕੇ ਤੁਹਾਡੇ ਸਨਮੁਖ ਤੁਹਾਡੇ ਘਰ ਵਿੱਚ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਲਈ ਭੁੱਲਾਂ ਚੁੱਕਾਂ ਦੀ ਖੇਮਾ ਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ